ਕੈਬਨਿਟ ਮਿਨਿਸਟਰ ਦੇ ਪਦ ਤੋਂ ਅਸਤੀਫਾ ਦੇਣ ਤੋਂ ਬਾਅਦ ਸਿੱਧੂ ਦੰਪਤੀ ਘਰ ਦੇ ਅੰਦਰ ਹੀ ਕੈਦ ਹੋ ਕੇ ਰਹਿ ਗਏ ਸਨ। ਲੇਕਿਨ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਸਿਆਸੀ ਸਰਗਰਮੀ ਵਿੱਚ ਤੇਜ਼ੀ ਲਿਆਉਣ ਲਈ ਜੁਟ ਗਏ ਨੇ ਅਤੇ ਉਹਨਾਂ ਨੇ ਅੱਜ ਤੋਂ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਅੱਜ ਨਵਜੋਤ ਸਿੰਘ ਸਿੱਧੂ ਦੁਆਰਾ ਪੂਰਬੀ ਵਿਧਾਨ ਸਭਾ ਦੇ ਪਾਰਸ਼ਦਾਂ ਅਤੇ ਕਾਰਿਆਕਰਤਾ ਨਾਲ ਮਿਲ ਕੇ ਇੱਕ ਮੀਟਿੰਗ ਕੀਤੀ ਗਈ। ਇਸ ਵਿੱਚ ਉਹਨਾਂ ਨੇ ਆਪਣੇ ਏਰੀਏ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਹਦਾਇਤਾਂ ਦਿੱਤੀਆਂ ਕਿ ਉਹਨਾਂ ਨੂੰ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ। ਮੀਟਿੰਗ ਇਹੋ ਹੀ ਸਟਾਰਟ ਹੋਈ ਹੈ ਕਿ ਸਿੱਧੂ ਸਾਹਿਬ ਆਪਣੇ ਕੌਂਸਲਰਾਂ ਕੋਲ ਸਾਰਿਆਂ ਕੋਲ ਜਾਣਗੇ ਹਲਕੇ 'ਚ, ਸਾਰਿਆਂ ਵਾਈਜ਼ ਇੱਕ ਇੱਕ ਘਰ ਜਾਵਾਂਗੇ ਆਪਾਂ, ਜੋ ਜੋ ਕੰਮ ਨੇ ਹਲਕੇ 'ਚ ਅਧੂਰੇ ਨੇ ਉਹ ਆਪਾਂ ਪੂਰੇ ਕਰਾਂਗੇ, ਕਿਸੇ ਤਰ੍ਹਾਂ ਦੇ ਹਲਕੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ। ਕਿਉਂਕਿ ਬਤੌਰ MLA ਸਿੱਧੂ ਸਾਹਿਬ ਦਾ ਅੱਗੇ ਵੀ ਸੇਵਾ ਕਰਦੇ ਨੇ, ਹੁਣ ਵੀ ਸੇਵਾ ਕਰਨੀ ਹੈ, ਸਾਰੀ ਉਮਰ ਸੇਵਾ ਕਰਨੀ ਹੈ। ਲੋਕਾਂ ਲਈ ਜਿਉਂਦੇ ਨੇ, ਲੋਕਾਂ ਲਈ ਮਰਨਾ। ਸਿੱਧੂ ਸਾਹਿਬ ਨੇ ਹਮੇਸ਼ਾ ਲੋਕਾਂ ਦੀ ਆਵਾਜ਼ ਉਠਾਉਂਦੇ ਨੇ ਅਤੇ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਨੇ। ਕਾਂਗਰਸ ਪਾਰਟੀ ਦੇ ਹੱਕ 'ਚ ਗੱਲ ਕਰਨੀ ਹੈ ਅਤੇ ਕਾਂਗਰਸ ਪਾਰਟੀ ਦੇ ਨੇਤਰਤਵ ਰਹਿ ਕੇ ਕੰਮ ਕਰਨਾ। ਸਿੱਧੂ ਸਾਹਿਬ ਨੇ ਕਿਤੋਂ ਕਿਸੇ ਤਰ੍ਹਾਂ ਦੇ ਕੋਈ ਗੱਲ ਨਹੀਂ ਆ। ਭਾਅ ਜੀ ਪਤਾ ਕੀ ਆ, ਉਤਰਾਅ ਚੜ੍ਹਾਅ ਚੜ੍ਹੇ ਰਹਿੰਦੇ ਨੇ। ਸਿੱਧੂ ਸਾਹਿਬ ਜਦੋਂ ਮੰਤਰੀ ਸੀ ਉਦੋਂ ਵੀ ਕੰਮ ਕਰਦੇ ਸੀ, ਹੁਣ MLA ਨੇ ਉਦੋਂ ਵੀ ਕੰਮ ਕਰਨਾ, ਇਹਦੇ 'ਚ ਕੋਈ ਪ੍ਰੋਬਲਮ ਨਹੀਂ, ਕਿਸੇ ਤਰ੍ਹਾਂ ਦਾ ਕੋਈ ਰੋਲਾ ਨਹੀਂ।